ਸਤਿ ਸ਼੍ਰੀ ਅਕਾਲ, ਮੇਰਾ ਨਾਮ ਸੰਤੋਸ਼ ਕੌਰ ਹੈ। ਮੈਂ ਕਰਨਾਲ ਦੀ ਰਹਿਣ ਵਾਲੀ ਹਾਂ। ਇੱਕ ਸਾਲ ਤੋਂ ਮੈਂ ਪੀਤੇ ਦੀ ਪੱਥਰੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਕਰਨਾਲ ਦੇ ਡਾਕਟਰਾਂ ਨੇ ਮੈਨੂੰ ਆਪਰੇਸ਼ਨ ਵਾਸਤੇ ਦੱਸਿਆ ਹੋਇਆ ਹੈ ਕਿ ਪੀਤੇ ਦੀ ਪੱਥਰੀ ਦਾ ਆਪਰੇਸ਼ਨ ਤੁਹਾਨੂੰ ਕਰਾਉਣਾ ਹੀ ਪੈਣਾ ਹੈ। ਮੇਰੀ ਸਿਸਟਰ ਇਨ ਲੋ ਦਾ ਅਮਰ ਸੂਜੀ ਨੇ ਬਹੁਤ ਬੜਾ ਹਰਨੀਆਂ ਦਾ ਆਪਰੇਸ਼ਨ ਮੋਗੇ ਸ਼ਹਿਰ 'ਚ ਕੀਤਾ। ਮੈਂ ਕਰਨਾਲ ਤੋਂ ਮੋਗੇ ਉਹਨਾਂ ਦਾ ਪਤਾ ਕਰਨ ਆਈ। ਡਾਕਟਰ ਸਾਹਿਬ ਨੇ ਉਹਨਾਂ ਦਾ ਆਪਰੇਸ਼ਨ, ਬਹੁਤ ਲੰਬਾ ਆਪਰੇਸ਼ਨ ਸੀ, ਉਹ ਬਹੁਤ ਅੱਛਾ ਆਪਰੇਸ਼ਨ ਕੀਤਾ। ਜਦੋਂ ਜਦੋਂ ਮੈਂ ਇਹਨਾਂ ਦੇ ਬਾਰੇ ਮੇਰੀ ਸਿਸਟਰ ਇਨ ਲੋ ਨੇ ਮੈਨੂੰ ਦੱਸਿਆ ਤਾਂ ਮੈਂ ਵੀ ਮਾਇੰਡ ਬਣਾ ਲਿਆ ਕਰਨਾਲ ਤੋਂ ਮੈਂ ਆ ਕੇ ਮੋਗੇ ਹੀ ਆਪਰੇਸ਼ਨ ਕਰਾਉਣਾ ਹੈ। ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ, ਡਾਕਟਰ ਸਾਹਿਬ ਨੇ ਮੇਰੇ ਟੈਸਟ ਸ਼ੁਰੂ ਕੀਤੇ ਔਰ ਮੇਰਾ ਆਪਰੇਸ਼ਨ ਬਿਲਕੁਲ ਠੀਕ ਠਾਕ ਕਰ ਦਿੱਤਾ। ਅੱਜ ਤੋਂ 2 ਦਿਨ ਪਹਿਲਾਂ ਮੇਰਾ ਆਪਰੇਸ਼ਨ ਹੋਇਆ ਹੈ ਅਤੇ ਅੱਜ ਮੈਂ ਬਿਲਕੁਲ ਠੀਕ ਠਾਕ ਹਾਂ। ਪੇਨਲੈਸ ਮੇਰਾ ਆਪਰੇਸ਼ਨ ਹੈ, ਕਿਸੇ ਕਿਸਮ ਦੀ ਮੈਨੂੰ ਸਰੀਰ ਵਿੱਚ ਦਰਦ ਤਕਲੀਫ ਕੁਛ ਨਹੀਂ ਹੈ। ਇਹਨਾਂ ਦੀ ਟੀਮ ਬਹੁਤ ਅੱਛੀ ਹੈ, ਡਾਕਟਰ ਸਾਹਿਬ ਬਹੁਤ ਅੱਛੇ ਹੈ। ਡਾਕਟਰ ਸਾਹਿਬ ਕਈ ਤਰ੍ਹਾਂ ਦੇ ਪੇਟ ਦੇ ਆਪਰੇਸ਼ਨ ਕਰਦੇ ਹੈ, ਜੈਸੇ ਮੋਟੇ ਕੋ ਪਤਲਾ ਕਰਨਾ, ਹਰਨੀਆਂ ਦਾ ਆਪਰੇਸ਼ਨ, ਬੱਚੇਦਾਨੀ ਦੀ ਰਸੋਲੀ ਦਾ ਆਪਰੇਸ਼ਨ, ਸਾਰੇ ਆਪਰੇਸ਼ਨ ਬਹੁਤ ਅੱਛੇ ਢੰਗ ਨਾਲ ਕਰਦੇ ਹਨ। ਔਰ ਇਨਕਾ ਬੋਲਣ ਦਾ ਸਟਾਈਲ ਸਭ ਕੁਛ ਬਹੁਤ ਅੱਛਾ ਹੈ, ਮਰੀਜ਼ ਦਾ ਦਿਲ ਜਿੱਤ ਲੈਂਦੇ ਨੇ, ਜਿਹੜਾ ਅੱਧੀ ਬਿਮਾਰੀ ਇੱਥੇ ਹੀ ਖਤਮ ਹੋ ਜਾਂਦੀ ਹੈ ਮਰੀਜ਼ ਦੀ। ਹਾਂ, ਮੈਂ ਆਪਕੋ ਇਹ ਹੀ ਮੈਸੇਜ ਦੇਣਾ ਚਾਹੁੰਦੀ ਹਾਂ, ਕਿਸੇ ਵੀ ਕਿਸਮ ਦੀ ਇਹ 4 ਬਿਮਾਰੀਆਂ 'ਚੋਂ ਤੁਹਾਨੂੰ ਕੋਈ ਵੀ ਆਪਰੇਸ਼ਨ ਕਰਾਉਣਾ, ਅਮਰ ਸੂਜ ਡਾਕਟਰ ਜੀ ਕੋ ਜ਼ਰੂਰ ਮਿਲੋ। ਥੈਂਕਸ।